ਮਾਨ ਸਨਮਾਨ ਯੋਗ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਸੰਗਤ, ਮੇਰੀਆਂ ਭੈਣਾਂ, ਬੀਬੀਆਂ, ਬੱਚਿਆਂ, ਬਜ਼ੁਰਗ ਮਾਤਾਵਾਂ, ਗੁਰਸਿੱਖ ਵੀਰ, ਗੁਰੂ ਕੇ ਵਜ਼ੀਰ, ਗੁਰੂ ਘਰ ਦੇ ਕੀਰਤਨੀਏ, ਤਮਾਮ ਪੰਡਿਤ ਸਾਹਿਬਾਨ ਜੀਓ, ਚੰਦ ਮਿੰਟ ਪਹਿਲਾਂ ਆਪ ਜੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਜ਼ੂਰੀ ਕੀਰਤਨੀ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਾ ਹਜ਼ੂਰੀ ਰਾਗੀ ਜੱਥਾ, ਉਹਨਾਂ ਪਾਸੋਂ ਆਪ ਜੀ ਕੀਰਤਨ ਸਰਵਣ ਕਰ ਰਹੇ ਸੋ। ਜਿਤਨਾ ਸਮਾਂ ਸਟੇਜ ਸਕੱਤਰ ਸਾਹਿਬ ਨੇ ਨਾਚੀਜ਼ ਖਾਲਸਾ ਦੇ ਦਾਨ ਵਿੱਚ ਪਾਇਆ ਹੈ, ਤੁਹਾਡੇ ਹੁਕਮ ਦੀ ਤਾਮੀਲ ਕਰਦਿਆਂ ਸ਼ਬਦ ਗਾਇਨ ਕਰਨੇ ਨੇ। ਕੁਛ ਸ਼ਬਦ ਤੁਸਾਂ ਨੇ ਹੁਕਮ ਕੀਤੇ, ਉਸਦੀ ਤਾਮੀਲ ਹੋਏਗੀ। ਆਪ ਜੀ ਪਾਸੋਂ ਇਕਾਗਰਤਾ ਦਾ ਦਾਨ ਮੰਗਦੇ ਹਾਂ ਜੀ, ਚੁੱਪ ਦਾ ਦਾਨ ਬਖਸ਼ੋ। ਥੋੜ੍ਹਾ ਸਮਾਂ ਬਾਕੀ ਹੈ, ਸ਼ੁਕਰਾਨਾ ਦਿਵਸ ਹੈ। ਜਦੋਂ ਸ਼ੁਕਰਾਨਾ ਕਰੀਦਾ ਹੈ, ਸ਼ਾਂਤਚਿੱਤ ਹੀ ਸ਼ੁਕਰਾਨਾ ਕੀਤਾ ਜਾ ਸਕਦਾ ਹੈ। ਇਕਾਗਰਤਾ ਬਖਸ਼ੋ, ਪਾਤਸ਼ਾਹ ਦੀ ਅਸੀਸ ਮਾਣੋ।
ਪਹਿਲਾ ਸ਼ਬਦ ਤੋਂ ਸੰਪੂਰਨ ਰੀਤ ਸਰਵਣ ਕੀਤੀ ਹੈ। ਪਰ ਤਾਜੁਬ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਤੁਸੀਂ ਮੁਸ਼ਕਲ ਇੱਕ ਕੰਪੋਜੀਸ਼ਨ ਹੈ ਤੁਸੀਂ ਨਾਲ ਬੋਲ ਰਹੇ ਸੋ। ਧੰਨਵਾਦ ਹੀ ਆਪ ਜੀ ਦੇ। ਇੱਕ ਛੋਟਾ ਬਾਲ ਮਾਤਾ ਪਿਤਾ ਦੇ ਗੋਦ ਦਾ ਸ਼ਿੰਗਾਰ ਸਾਨੂੰ ਸ਼ਬਦ ਲਈ ਹੁਕਮ ਕਰ ਗਿਆ ਹੈ। ਬੱਚੇ ਬੜੇ ਮਨ ਦੇ ਸੱਚੇ ਹੁੰਦੇ ਨੇ, ਉਸ ਬੱਚੇ ਨੇ ਵੀ ਸ਼ਬਦ ਕਿਹਾ ਹੈ। ਆਪ ਜੀ ਸਾਰੇ ਸੁਣ ਕਰੋਗੇ, ਮੈਂ ਤਵੱਕੋ ਰੱਖਦਾ ਕਿ ਆਪਾਂ ਸਾਰੇ ਮਿਲ ਕੇ ਗਾਇਆ ਕਰੀਏ।
Ah, 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 ah
ਸਹਿਯੋਗ ਦੇ ਰਹੇ ਹੋ। ਚੰਦ ਮਿੰਟ ਬਾਕੀ ਨੇ, ਇੱਕ ਸ਼ਬਦ ਆਪ ਜੀ ਦੀ ਨਜ਼ਰ ਏ, ਜਿਹੜਾ ਸ਼ਬਦ ਅਸਾਂ ਗਾਇਨ ਕਰਨਾ ਹੈ। ਅਕਸਰ ਗੁਰਮੁਖ ਬੀਬੀਆਂ ਨੂੰ ਇਹ ਯਾਦ ਹੁੰਦਾ ਹੈ, ਜੋ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ, ਜਿਹਨਾਂ ਦਾ ਰੁਟੀਨ ਏ, ਉਹਨਾਂ ਨੂੰ ਵੀ ਸ਼ਬਦ ਮੂੰਹ ਜ਼ਬਾਨੀ ਯਾਦ ਹੁੰਦਾ ਹੈ। ਸਿੰਘਾਂ ਨੂੰ ਵੀ, ਕਾਫੀ ਸਿੰਘਾਂ ਨੂੰ ਯਾਦ ਏ, ਉਹ ਖਾਸ ਕਰਕੇ ਬੀਬੀਆਂ ਅਤੇ ਸੁਖਮਨੀ ਸਾਹਿਬ ਦਾ ਜੋ ਪਾਠ ਕਰਦੀਆਂ ਨੇ, ਉਹਨਾਂ ਦੇ ਜ਼ਬਾਨੀ ਕੰਠੇ। ਆਓ, ਇਹ ਸ਼ਬਦ ਆਪ ਦੀ ਨਜ਼ਰ ਏ, ਇੰਝ ਹੀ ਸਾਨੂੰ ਸਹਿਯੋਗ ਦਿਓ ਜੀ, ਆਪ ਜੀ ਦੀ ਮਿਹਰਬਾਨੀ।
Thank you.
ਸਾਹਿਬ।